ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਗੁਰੂ ਪਿਆਰੀ ਸਾਧ ਸੰਗਤ ਜੀਓ, ਸਾਰੇ ਕਾਰ ਸੇਵਾ ਦੇ ਜਥੇਦਾਰਾਂ ਨੂੰ ਪਟਿਆਲੇ ਵਾਲਿਆਂ ਨੂੰ ਬੇਨਤੀ ਹੈ ਕਿ ਦਿੱਲੀ ਵਾਲੇ ਡੇਰੇ 'ਤੇ ਕਾਰ ਸੇਵਾ ਸ਼ੁਰੂ ਹੋ ਗਈ ਹੈ। ਅੱਜ ਬੱਜਰੀ ਆ ਗਈ ਹੈ, ਰੇਤਾ ਵੀ ਆ ਜਾਏਗਾ, ਕੱਲ੍ਹ ਨੂੰ ਇੱਟਾਂ ਆਉਣੀਆਂ ਵੀ ਸ਼ੁਰੂ ਹੋ ਜਾਣੀਆਂ ਨੇ। ਕੋਈ ਸੇਵਾਦਾਰ ਲੱਗੇ ਨੇ, ਫੁਲਜੀ ਨੇ ਘੱਲੇ ਨੇ, ਨਾਲ ਪਿੰਡਾਂ ਇਮਨਾਬਾਦ ਵਾਲਾ ਉਹ ਸੰਗਤ ਲੈ ਕੇ ਆਇਆ ਹੈ ਅਤੇ ਹੁਣ ਰਾਤ ਸ਼ਾਮ ਨੂੰ ਰੇਤਾ ਵੀ ਆ ਜਾਏਗਾ। ਕੱਲ੍ਹ ਨੂੰ ਨਿਸ਼ਾਨਦੇਹੀ ਹੋਣੀ ਹੈ, ਵੱਧ ਤੋਂ ਵੱਧ ਸੰਗਤ ਇੱਥੇ ਪਹੁੰਚੋ। ਨਿਸ਼ਾਨਦੇਹੀ ਕਰਨ ਤੋਂ ਬਾਅਦ ਦੋ ਜੇਸੀਬੀਆਂ ਲੱਗਣਗੀਆਂ, ਸਾਰੀਆਂ ਨੀਆਂ ਪੁੱਟ ਕੇ 10 ਦਿਨਾਂ ਦੇ ਵਿੱਚ ਵਿੱਚ ਚਾਰ ਦੁਆਰੀ 'ਚ ਹੋ ਜਾਏਗੀ। ਉਸ ਤੋਂ ਬਾਅਦ ਦੋ ਸ਼ੈੱਡ ਬਣਾਏ ਜਾਣਗੇ, ਇੱਕ ਦਿੱਲੀ ਵਾਲਾ ਸ਼ੈੱਡ ਪਿਆ ਹੈ ਉਹ ਫਿੱਟ ਕਰਾਂਗੇ, ਇੱਕ ਹੋਰ ਜਿਹੜਾ ਪਾਤਲਾਂ ਤੋਂ ਦੇੜਿਆ ਬਾਬਿਆਂ ਨੇ ਉਹ ਵੀ ਇੱਥੇ ਸ਼ੈੱਡ ਆ ਜਾਣਾ। ਦੋ ਸ਼ੈੱਡ ਬਣਨ ਤੋਂ ਬਾਅਦ 2-3 ਕਮਰੇ ਬਣ ਜਾਣਗੇ ਅਤੇ ਲੰਗਰ ਚਾਲੂ ਹੋ ਜਾਏਗਾ। ਇਸ ਕਰਕੇ ਜਿਹੜੇ ਵੀ ਜਥੇਦਾਰ ਨੂੰ ਪਤਾ ਲੱਗਾ ਹੈ ਉਹ ਵੀ ਸੰਗਤ ਲੈ ਕੇ ਇੱਥੇ ਪਹੁੰਚੇ ਅਤੇ ਛੇਤੀ ਤੋਂ ਛੇਤੀ ਸੰਯੋਗ ਦੇ ਕੇ ਡੇਰੇ ਨੂੰ ਚਾਲੂ ਕਰੀਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।